ਪਹਿਲਾਂ ਪਹਿਲਾਂ ਮੀਂਹ ਪੈਂਦਾ ਸੀਗਾ ਅਤੇ ਮੀਂਹ ਤੋਂ ਬਾਅਦ ਚਲਾਕੀ ਹੁਣ ਕਈ ਦਿਨ ਖੁਰਦੀ ਨਹੀਂ ਗਈ। ਜੰਮਿਆ ਹੋਇਆ ਵਾ, ਬਹੁਤ ਬੁਰਾ ਹਾਲ ਆ, ਬਹੁਤ ਸੁੰਨ ਵਗਦਾ ਤੇ ਤਿਲਕਣਾ ਕੋਈ ਬਾਹਰ ਨਹੀਂ ਨਿਕਲਦਾ, ਸਾਰੇ ਕੁੱਟਣਾ ਚੱਲਦਾ ਪਾਣੀ ਦਾ। ਉਹ ਦਰੱਖਤ ਟੁੱਟ ਗਏ ਅਤੇ ਭਾਰ ਨਾਲ ਦਰੱਖਤ ਟੁੱਟ ਗਏ ਸਾਰੇ, ਕਿੰਨਾ ਉੱਤੋਂ ਟੁੱਟ ਗਿਆ ਸਾਰਾ, ਕਿੰਨਾ ਬੁਰਾ ਹਾਲ ਗਿਆ। ਆਹ ਦਰੱਖਤ ਜਾ ਵੀ ਪਤਾ ਨਹੀਂ ਕਦੋਂ ਕੱਢਣਾ ਪਿਆ, ਜੇ ਬਿਜਲੀ ਮਹਿਕਮੇ ਨੇ ਚੇਤਾਵਨੀ ਦਿੱਤੀ ਬਿਜਲੀ ਦੀ, ਬਿਜਲੀ ਜਾ ਸਕਦੀ ਆ, ਆਪਦਾ ਪ੍ਰਬੰਧ ਕਰ ਲਓ, ਲੱਕੜਾਂ ਕੱਟੀਆਂ ਕਰ ਲਓ ਲੋਕਾਂ ਨੇ, ਬਹੁਤ ਚਾਹ 'ਚ ਦੋ ਅਖਬਾਰ ਪੈਂਦੀ ਹੁੰਦੀ ਆ। ਆਹ ਦੇਖੋ ਕਿੰਨਾ ਇੱਟ ਇੱਟ ਬਣੇ ਪਏ ਆ, ਇੱਟ ਹਰਾ ਹੋ ਚੱਲਿਆ ਸੀਗਾ, ਬਰਫ ਨੇ ਹੁਣ ਪੇਚ ਕਰ ਦੇਣਾ। ਆ ਵੀ ਟੁੱਟਣ ਨੂੰ ਤਿਆਰ ਆ, ਆਹ ਤਰ੍ਹਾਂ ਤੇ ਆ ਵੀ ਟੁੱਟ ਚੱਲਿਆ ਥੋੜ੍ਹਾ ਜਿਹਾ, ਆ ਰੇ ਵੱਡਾ ਦਾ ਜੇ ਤਾਰਾਂ ਤੂਰਾਂ ਟੁੱਟ ਜਾਣੀਆਂ ਖੰਭਿਆਂ ਦੀਆਂ, ਪਤਾ ਨਹੀਂ ਲਾਈਟ ਨੇ ਕਦੋਂ ਚਲੀ ਜਾਣਾ।
ਹੋ ਜਾਂਦੇ ਆ ਅਤੇ ਕਿੰਨੇ ਦਰੱਖਤਾਂ ਦੇ ਉੱਤੇ ਚਿੱਟੀ ਚਿੱਟੀ ਜੰਮੀ ਪਈ ਆ, ਭਾਰ ਨਾਲ ਦਰੱਖਤ ਟੁੱਟ ਗਏ। ਕਈ ਦਿਨ ਲੱਗ ਜਾਣਾ ਖੁਰਨ ਨੂੰ ਜੇ ਧੁੱਪ ਵੀ ਨਿਕਲਿਆ। ਪਿਛਲੇ ਸਾਲ ਆਹ ਨਾਲੀਆਂ ਜੰਮ ਗਈਆਂ ਸੀ, ਇਹਨਾਂ 'ਚ ਪਾਣੀ ਜੰਮ ਗਿਆ ਸੀ ਅਤੇ ਫਿਰ ਆਹ ਕੱਟ ਕੇ ਲਾਈਆਂ। ਹਜੇ ਤਾਂ ਇਹ ਕੰਮ ਨਹੀਂ ਸੀ ਲੋਟ ਆਇਆ ਹੋਇਆ, ਐਰਕੀ ਵੀ ਖਤਰਾ ਬਹੁਤ ਆ ਪਾਣੀ ਜੰਮਣ ਦਾ। ਜੇ ਨਾਲੀਆਂ 'ਚ ਜੰਮ ਗਿਆ ਫਿਰ ਬਹੁਤ ਕੰਮ ਵੱਧ ਜਾਂਦਾ ਅਤੇ ਪਤਾ ਨਹੀਂ ਪੈਸੇ ਮਿਲਦੇ ਆ ਕਿ ਨਹੀਂ ਘਰਾਂ 'ਚੋਂ। ਘਰਾਂ 'ਤੇ ਆਹ ਤਾਂਬੇ ਦੀਆਂ ਹੁੰਦੀਆਂ ਨੇ, ਫਿਰ ਆਹ ਗੱਤਾਂ ਜਿਹਾ ਲਾਈਦਾ ਅਤੇ ਹਜੇ ਕੱਟ ਕੇ ਲਾਉਣਾ ਸੀਗਾ।